ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਕੌਮੀ ਪੱਦਰ ਦਾ ਦਿੱਲੀ ਦਾ ਘਰਾਓ ਆਇਆ ਵਾ ਉਹਦੇ ਵਿੱਚ ਉਹਨੂੰ ਸਫਲ ਕਰਨ ਲਈ ਅੰਮ੍ਰਿਤਸਰ ਤਰਨਤਾਰਨ ਤੋਂ 26 ਨਵੰਬਰ ਨੂੰ ਜਿਹੜਾ ਵਾ ਪਹਿਲਾ ਜਥਾ ਰਵਾਨਾ ਕੀਤਾ ਜਾਊਗਾ ਫਿਰ ਵੇਖਾਂਗੇ ਕਿ ਗਲੇਬ ਨੇ ਕਿਵੇਂ ਢੋਲ ਚੱਲਦਾ ਤੇ ਕੇਂਦਰ ਦੀ ਸਰਕਾਰ ਕਰੋਨਾ ਦੀ ਆੜ ਦੇ ਵਿੱਚ ਕਿਉਂਕਿ ਜਦੋਂ ਲੱਛਣਾ ਸੀ ਉਦੋਂ ਕਰੋਨਾ ਨੇ ਕਰੋਨਾ ਦੀ ਆੜ ਵਿੱਚ ਕਿਸਾਨਾਂ ਨੂੰ ਜਿਹੜੀ ਮਨਜ਼ੂਰੀ ਨਹੀਂ ਦਿੱਤੀ ਗਈ ਇਹਦੇ ਬਾਅਦੂ ਜਿਹੜਾ ਵਾ ਦਿੱਲੀ ਦਾ ਘਰਾਓ ਆ ਉਹ ਸਫਲ ਕਰਾਂਗੇ ਇਹਦੇ ਨਾਲ ਨਾਲ ਕੱਲ ਤੋਂ ਇਹਦੀਆਂ ਤਿਆਰੀਆਂ ਜੰਗੀ ਪੱਧਰ ਤੇ ਵੜ ਦਿੱਤੀਆਂ ਜਾਣਗੀਆਂ ਤੇ 26 ਨਵੰਬਰ ਨੂੰ ਜਿਥਾ ਪਹਿਲਾਂ ਰਵਾਨਾ ਕਰ ਦਿੱਤਾ ਜਾਊਗਾ ਇਹਦੇ ਨਾਲ ਦੀ ਨਾਲ ਜਿਹੜੀ ਕੇਂਦਰ ਸਰਕਾਰ ਆ ਉਹ ਕਿਸਾਨਾਂ ਨੂੰ ਬਲੈਕਮੇਲ ਕਰਕੇ ਤੇ ਪੰਜਾਬ ਦੀ ਆਰਥਿਕ ਨਾਕੇਬੰਦੀ ਕਰਨ ਤੋਂ ਬਾਅਦ ਉਹ ਕਦੀ ਵੀ ਜ਼ਬਰਦਸਤੀ ਜੜਾ ਵਾ ਕਿਸਾਨਾਂ ਕੋਲੇ ਪੈਸੇਂਜਰ ਗੱਡੀਆਂ ਨਹੀਂ ਚਲਾ ਸਕਦੀ ਸਾਡੀ ਜਥੇਬੰਦਰ ਵੀ ਪੈਸੇਂਜਰ ਗੱਡੀਆਂ ਚਲਾਉਣ ਦੀ ਇਜਾਜ਼ਤ ਹਾਲੇ ਤੱਕ ਨਹੀਂ ਗਈ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਮਾਲ ਗੱਡੀਆਂ ਚਲਾਵੇ ਮਾਹੌਲ ਨੂੰ ਸਖਾਵਾਂ ਬਣਾਵੇ ਦੂਸਰਾ ਜਿਹੜਾ ਸਰਕਾਰ ਦਾ ਇਹ ਆ ਵੀ ਸਰਕਾਰ ਤੇ ਕਿਸਾਨਾਂ ਦੀ ਸਾਂਝੀ ਕਮੇਟੀ ਸਰਕਾਰ ਤੇ ਕਿਸਾਨਾਂ ਦੀ ਸਾਂਝੀ ਕਮੇਟੀ ਦੇ ਅਸੀਂ ਹੱਕ ਵਿੱਚ ਨਹੀਂ ਹੈਗੇ ਹਾਂ ਸਰਕਾਰ ਆਪਣੇ ਤੌਰ ਤੇ ਕਮੇਟੀ ਬਣਾਵੇ ਸਰਕਾਰੀ ਜਿਹੜੀ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਦਾ ਪੁਆਇੰਟ ਉਹਦਾ ਉਹਦਾ ਪੱਖ ਲਵੇ ਆਪਾਂ ਵੀ ਆਪਣਾ ਪੱਖ ਦਵਾਂਗੇ ਫਿਰ ਕੀ ਫੈਸਲਾ ਕਰਦੇ ਸੋ ਸਰਕਾਰ ਨਾਲ ਰਲ ਕੇ ਸਾਂਝੀ ਕਮੇਟੀ ਨਹੀਂ ਇਹ ਸਾਜ਼ਿਸ਼ ਹੋ ਸਕਦੀ ਆ ਕਿਸਾਨਾਂ ਦੇ ਨਾਲ ਸੋ ਇਹ ਤੋਂ ਕਹਾ ਸਰਕਾਰਾਂ ਇਹੋ ਜਿਹੀਆਂ ਹੁੰਦੀਆਂ ਵਾ ਵੀ ਉਹ ਕਿਸਾਨਾਂ ਦਾ ਲੀਡਰ ਨੂੰ ਬਦਨਾਮ ਕਰ ਲਈ ਉਹਨਾਂ ਵਰਗੀਆਂ ਹੀ ਮੌਕੇ ਤੇ ਜਥੇਬੰਦੀਆਂ ਵੀ ਖੜੀਆਂ ਕਰ ਸਕਦੀਆਂ ਕੁਝ ਇਹੋ ਜਿਹੇ ਲੋਕਾਂ ਦੇ ਵਿੱਚ ਭਰਮ ਭਲੇਖੇ ਵੀ ਪਾ ਸਕਦੀਆਂ ਵਾ ਇਸ ਗੱਲ ਦਾ ਵੀ ਜਨਤਾ ਨੂੰ ਖਿਆਲ ਰੱਖਣਾ ਚਾਹੀਦਾ ਇਹ ਲਗਾਤਾਰ ਇੰਟੈਲੀਜੈਂਸੀਆਂ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਰਹੀਆਂ ਵੀ ਘੋਲ ਨੂੰ ਕਿਵੇਂ ਨਾ ਕਿਵੇਂ ਬਦਨਾਮ ਕੀਤਾ ਜਾਵੇ ਸੋ ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਆ ਤੇ ਜਾਗਣ ਦੀ ਲੋੜ ਆ ਸੋ ਅੱਗੇ ਚੱਲ ਕੇ ਜਿਹੜਾ ਵਾ ਅੰਦੋਲਨ ਜਿਹੜਾ ਵਾ ਹੋਰ ਤੇਜ਼ ਕੀਤਾ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ði ਫੈਕਟ ਨਿਊਜ਼